ਅਸ਼ ਬਣਾਈ ਰੱਖਣ ਲਈ ਬਹੁਤ ਸੈਕਰੀਫਾਈਡ ਕਰਨਾ। ਵਧੀਆ ਨਾ ਲੱਗਣ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਵੀਰੇ। ਹਾਂਜੀ, ਜੈ ਮਾਤਾ ਦੀ। ਦੋਸਤੋ, ਸੋਨੀ ਵੀਰ ਜੀ ਆਏ ਨੇ ਬਾਲੇਵਾਲ ਤੋਂ। ਇਹ ਮੇਰੇ ਕੋਲ ਪਹਿਲਾਂ ਵੀ ਸਮਾਨ ਲੈ ਕੇ ਗਏ ਨੇ ਵੀਰ ਜੀ। ਪਹਿਲਾਂ ਮੇਰੇ ਕੋਲੋਂ ਇੱਕ ਫੋਨ ਲੈ ਕੇ ਗਏ ਸੀ A55, ਮੇਰੇ ਯਾਦ ਹੈ, ਅਤੇ ਦੂਜੀ ਆਈਟਮ ਸੀਗੀ ਵੌਚ। ਹਾਂ, 45,000 ਰੁਪਏ ਦੀ ਲਈ ਸੀ ਇਹਨਾਂ ਨੇ ਮੇਰੇ ਕੋਲੋਂ ਵੌਚ। ਠੀਕ ਹੈ, ਅੱਜ ਫਿਰ ਇਹਨਾਂ ਨਾਲ ਮੌਕਾ ਮਿਲਿਆ ਇਹਨਾਂ ਨੂੰ ਸਮਾਨ ਦੇਣ ਦਾ। ਇਹਨਾਂ ਨੇ ਲਿਆ ਮੇਰੇ ਕੋਲੋਂ 15 Pro Max ਔਰ HP ਦਾ ਲੈਪਟੋਪ। ਬਹੁਤ ਵਧੀਆ ਕਸਟਮਰ ਨੇ, ਬਹੁਤ ਨਾਈਸ ਸੁਭਾਅ ਇਹਨਾਂ ਵੀਰ ਦਾ। ਬਹੁਤ ਟਾਈਮ ਲੱਗਿਆ ਇਹਨਾਂ ਨੂੰ, ਕਿਉਂਕਿ ਦੋ ਚੀਜ਼ਾਂ ਲੈਣੀਆਂ ਸੀ। ਲੈਪਟੋਪ ਵੀ ਅਪਡੇਟ ਕਰਨਾ ਸੀ, ਨਵਾਂ ਇਹਨਾਂ ਦੇ ਨਾਮ ਦੇ ਉੱਤੇ ਐਕਟੀਵੇਟ ਕਰਕੇ ਦਿੱਤਾ। ਬਾਕੀ ਮੋਬਾਈਲ ਵੀ, ਸਾਰੀ IDs ਵਗੈਰਾ, ਸਾਰਾ ਡਾਟਾ ਟ੍ਰਾਂਸਫਰ, ਸਾਰਾ ਕੰਮ ਫਿਨਿਸ਼ ਕਰਕੇ ਦਿੱਤਾ ਵੀਰ ਨੂੰ। ਸੁਬਾਹ ਦੇ ਆਏ ਹੋਏ ਨੇ, ਮੇਰੇ ਖਿਆਲ ਦੁਪਹਿਰ ਦੇ ਹੁਣ 3-4 ਵੱਜ ਗਏ ਨੇ, ਕਾਫੀ ਟਾਈਮ ਹੋ ਗਿਆ, 10 ਵਜੇ ਦੇ ਆਏ ਹੋਏ ਨੇ। ਬਾਕੀ ਵੀਰ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਇੱਥੇ ਇਹਨਾਂ ਨੂੰ। ਬਾਕੀ ਜੇ ਵਧੀਆ ਲੱਗਿਆ ਤਾਂ ਹੀ ਦੁਬਾਰਾ ਆਏ ਨੇ ਮੇਰੇ ਖਿਆਲ। ਬਾਕੀ ਫਿਰ ਇੱਕ ਵਾਰੀ ਇਹਨਾਂ ਤੋਂ ਪੁੱਛ ਕੇ ਦੇਖਦੇ ਹਾਂ। ਹਾਂਜੀ ਵੀਰ ਜੀ, ਵਧੀਆ ਨਾ ਲੱਗਣ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਵੀਰੇ। ਹਾਂਜੀ, ਆਪਾਂ ਪਹਿਲਾਂ ਵੀ ਤੁਹਾਡੇ ਨਾਲ ਡੀਲ ਕਰ ਚੁੱਕੇ ਹਾਂ, ਬਾਕੀ ਤੁਹਾਡੇ ਨਾਲ ਪਿਆਰ ਹੀ ਇੰਨਾ ਕੁ ਪੈ ਗਿਆ, ਹੁਣ ਹੋਰ ਕਿਤੇ ਜਾਣ ਦਾ ਦਿਲ ਹੀ ਨਹੀਂ ਕਰਦਾ। ਠੀਕ ਹੈ, ਅਤੇ ਬਾਕੀ ਜਿਹੜੀ ਵੀ ਚੀਜ਼ ਤੁਹਾਤੋਂ ਲੈਂਦੇ ਹਾਂ ਤਾਂ ਓਬੀਅਸਲੀ ਗੱਲ ਆ ਵੀ ਚਾਹੇ ਕੋਈ ਸੈਕਿੰਡ ਲੈ ਲਈਏ ਚਾਹੇ ਨਵੀਂ ਲੈ ਲਈਏ, ਵੀ ਉਹ ਚੀਜ਼ ਵਧੀਆ ਹੀ ਹੁੰਦੀ ਆ। ਮੇਨ ਗੱਲ ਆ ਜਿਹੜੀ ਵੀ ਵਧੀਆ ਹੀ ਹੁੰਦੀ ਹੈਗੀ, ਸਾਨੂੰ ਕੋਈ ਲਾਂਭਾ ਮਿਲਿਆ ਹੀ ਨਹੀਂ ਅੱਜ ਤੱਕ। ਮੇਰੇ ਨਾਲ ਦੇ ਵੀ ਹੋਰ ਕਈ ਤੁਹਾਤੋਂ ਲੈ ਕੇ ਗਏ ਆ ਸਮਾਨ, ਜਾਣੀ ਕਦੇ ਕੋਈ ਲਾਂਭੇ ਵਾਲੀ ਗੱਲ ਹੀ ਨਹੀਂ ਹੋਈ। ਮੇਰਾ ਵੀ ਫਰਜ਼ ਬਣਦਾ ਨਾ ਕਿ ਜਿਵੇਂ ਮੇਰੇ 'ਤੇ ਇੰਨਾ ਵਿਸ਼ਵਾਸ ਕਰਦੇ ਹੋ ਸਾਰੇ ਮੇਰੇ ਭਰਾ, ਹੈ ਨਾ, ਤੁਸੀਂ ਹੋ ਗਏ, ਬਹੁਤ ਹੋਰ ਵੀ ਭਰਾ ਮੇਰੇ 'ਤੇ ਬਹੁਤ ਵਿਸ਼ਵਾਸ ਕਰਦੇ ਨੇ, ਕਿ ਉਹ ਵਿਸ਼ਵਾਸ ਨੂੰ ਮੈਂ ਬਰਕਰਾਰ ਰੱਖਾਂ। ਮਤਲਬ ਇੱਕ ਸ਼ੋਪਕੀਪਰ ਦਾ ਹੀ ਕੰਮ ਹੁੰਦਾ, ਇੱਕ ਦੁਕਾਨਦਾਰੀ ਦਾ ਨਾਮ ਹੀ ਇੱਦਾਂ ਦਾ ਹੁੰਦਾ ਦੁਕਾਨਦਾਰੀ, ਕਿ ਵਿਸ਼ਵਾਸ ਬਣਾਈ ਰੱਖਣ ਲਈ ਬਹੁਤ ਸੈਕਰੀਫਾਈਡ ਕਰਨਾ ਪੈਂਦਾ, ਬਹੁਤ ਕੁਛ ਇੱਦਾਂ ਦਾ ਹੁੰਦਾ ਗੱਲਾਂ ਜਿਹਨੂੰ ਵਿਸ਼ਵਾਸ ਬਣਾ ਕੇ ਰੱਖਣਾ ਪੈਂਦਾ। ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਨਫ਼ਾ ਨੁਕਸਾਨ, ਕੁਛ ਨਹੀਂ ਦੇਖਣਾ ਹੁੰਦਾ, ਕਿ ਬਸ ਲੋਕਾਂ ਦਾ ਪਿਆਰ, ਆਪਣੇ ਭਰਾਵਾਂ ਦਾ ਪਿਆਰ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਜੈ ਮਾਤਾ ਦੀ, ਜੈ ਮਾਤਾ ਦੀ।